ਜਲੰਧਰ ਵਿੱਚੋਂ ਦਿਖ ਰਹੇ ਨੇ ਹਿਮਾਚਲ ਦੀਆਂ ਵਾਦੀਆਂ ਦੇ ਨਜ਼ਾਰੇ। ਆਮ ਦਿਨਾਂ ਵਿੱਚ ਪ੍ਰਦੂਸ਼ਣ ਦੀ ਧੁੰਦਲੀ ਚਾਦਰ ਆਸਮਾਨ ਵਿੱਚ ਛਾਈ ਰਹਿੰਦੀ ਹੈ, ਜਿਸ ਨਾਲ ਸਾਡੀ ਵਿਜੀਬਿਲਟੀ ਘੱਟ ਹੁੰਦੀ ਹੈ। ਨੇੜੇ ਦੀਆਂ ਇਮਾਰਤਾਂ ਵੀ ਸਾਨੂੰ ਬੜੀ ਮੁਸ਼ਕਿਲ ਨਾਲ ਦਿਖਾਈ ਦਿੰਦੀਆਂ ਹਨ। ਪਰ ਹੁਣ ਲੋਕਡਾਊਨ ਕਰਕੇ ਪ੍ਰਦੂਸ਼ਣ ਘਟਿਆ ਹੋਇਆ ਹੈ, ਵਾਹਨ ਨਹੀਂ ਚੱਲ ਰਹੇ, ਫੈਕਟਰੀਆਂ ਵੀ ਬੰਦ ਪਈਆਂ ਹੋਈਆਂ ਹਨ, ਜਿਸ ਦੇ ਚੱਲਦੇ ਪ੍ਰਦੂਸ਼ਣ ਦੇ ਵਿੱਚ ਕਮੀ ਆ ਗਈ ਹੈ, ਵਿਜੀਬਿਲਟੀ ਵੱਧ ਗਈ ਹੈ। ਇਸ ਕਰਕੇ ਸਾਨੂੰ ਹਿਮਾਚਲ ਵੱਲ ਦੇ ਪਹਾੜ ਸਾਫ਼ ਦਿਖਾਈ ਦੇ ਰਹੇ ਹਨ। ਜਲੰਧਰ ਦੇ ਲੋਕ ਘਰਾਂ ਦੇ ਚੁਬਾਰਿਆਂ 'ਤੇ ਚੜ੍ਹ ਕੇ ਇਸ ਨਜ਼ਾਰੇ ਦਾ ਲੁਤਫ ਉਠਾ ਰਹੇ ਹਨ, ਜਿਨ੍ਹਾਂ ਦੇ ਉੱਤੇ ਪਈ ਬਰਫ਼ ਦੀ ਚਾਦਰ ਸਾਫ਼ ਦਿਖਾਈ ਦੇ ਰਹੀ ਹੈ। ਬਹੁਤ ਸਮੇਂ ਬਾਅਦ ਸਾਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਪੂਰਾ ਜਲੰਧਰ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਸਾਨੂੰ ਪੂਰੀ ਤਰ੍ਹਾਂ ਸਾਫ਼ ਦਿਖਾਈ ਦੇ ਰਹੇ ਹਨ।